10ਵੇਂ ਜਮਾਤ ਦੇ ਵਿੱਚ ਪੜ੍ਹਦੇ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਅਮਿਤ ਜਿੰਦਲ ਤਾਂ ਪਿਆਰੇ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਮਿਲਖਾ ਸਿੰਘ ਦੀ ਜੀਵਨੀ ਜੋ ਜਿਹਦਾ ਨਾਮ ਹੈ ਉੱਡਣਾ ਸਿੱਖ ਮਿਲਖਾ ਸਿੰਘ ਤਾਂ ਜੋ ਜੀਵਨੀ ਵਾਲਾ ਭਾਗ ਹੁੰਦਾ ਹੈ ਉਹਦੇ ਵਿੱਚੋਂ 2-2 ਨੰਬਰ ਦੇ ਪ੍ਰਸ਼ਨ ਨੇ ਜੋ ਉਹ ਪੇਪਰ ਦੇ ਵਿੱਚ ਤੁਹਾਡੇ ਕੋਲੋਂ ਪੁੱਛੇ ਜਾਂਦੇ ਨੇ ਤਾਂ ਨਾਲ ਹੀ ਦੱਸਾਂਗੇ ਕਿ ਉਹ ਜੋ ਇਸ ਵਾਰੀ 24 ਫਰਵਰੀ 2020 ਨੂੰ ਪੇਪਰ ਹੋਇਆ ਸੀ ਉਹਦੇ ਵਿੱਚ ਇਸ ਜੀਵਨੀ ਦੇ ਵਿੱਚੋਂ ਕਿਹੜਾ ਪ੍ਰਸ਼ਨ ਆ ਜੋ ਉਹ ਪੁੱਛਿਆ ਗਿਆ ਸੀ ਤਾਂ ਇਹ ਜੀਵਨੀ ਲਿਖੀ ਆ ਪ੍ਰਕਾਸ਼ ਸਿੰਘ ਗਿੱਲ ਨੇ ਪੂਰੀ ਜੀਵਨੀ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਵਾਂਗੇ ਜਿਹਦੇ ਨਾਲ ਤੁਹਾਡੇ ਚੰਗੀ ਤਰ੍ਹਾਂ ਸਮਝ ਆ ਜਾਏਗੀ ਤੇ ਜਿਹੜੀਆਂ-ਜਿਹੜੀਆਂ ਦੇ ਵਿੱਚ ਲੱਗਣਗੇ ਕਿ ਔਖੀਆਂ ਚੀਜ਼ਾਂ ਨੇ ਉਹ ਵੀ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਦੇ ਨਾਲ ਸਮਝਾਵਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਓ ਸ਼ੁਰੂ ਕਰਦੇ ਹਾਂ ਉਡਣਾ ਸਿੱਖ ਮਿਲਖਾ ਸਿੰਘ ਮਿਲਖਾ ਸਿੰਘ 70 ਮੁਲਕਾਂ ਵਿੱਚ ਮੁਕਾਬਲੇ ਦੀ ਦੌੜ ਦੌੜਿਆ ਵੈਰੀ ਇੰਪੋਰਟੈਂਟ ਪਿਆ ਹੈ ਕਿ ਮਿਲਖਾ ਸਿੰਘ ਨੇ ਮੁਲਕਾਂ ਤੋਂ ਭਾਵੇਂ ਦੇਸ਼ ਕਿੰਨੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਉਹਨੇ ਰੇਸ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਸੀ ਉਹ ਹੈ ਪਿਆਰੇ ਵਿਦਿਆਰਥੀਓ 70 70 82 ਮੁਕਾਬਲਿਆਂ ਵਿੱਚ 70 ਮੁਲਕਾਂ ਦੇ ਵਿੱਚ ਦੌੜਿਆ ਜਿਦੇ ਵਿੱਚ ਉਸਨੇ 82 ਮੁਕਾਬਲਿਆਂ ਦੇ ਵਿੱਚ ਭਾਗ ਲਿਆ ਤੇ 82 ਮੁਕਾਬਲਿਆਂ ਦੇ ਵਿੱਚ ਜਦੋਂ ਨੇ ਭਾਗ ਲਿਆ ਤੇ 79 ਵਾਰ ਸਿਰ 79 ਵਾਰ ਉਹਨੂੰ ਜਿੱਤ ਨਸੀਬ ਹੋਈ 79 ਵਾਰ ਉਹਨੂੰ ਜਿੱਤ ਨਸੀਬ ਹੋਈ ਤਾਂ ਇਸ ਤਰ੍ਹਾਂ ਇੱਕ ਕੁੱਲ ਤਿੰਨ ਮੁਕਾਬਲੇ ਸੀ ਉਹ ਜਿਹੜੇ ਉਹ ਹਾਰਿਆ ਸੀ ਬਾਕੀ ਸਾਰਿਆਂ ਦੇ ਵਿੱਚ ਉਹਨੂੰ ਜਿੱਤ ਹਾਸਲ ਹੋਈ ਸੀ ਅਜੇ ਤੱਕ ਏਸ਼ੀਆ ਦੀ ਧਰਤੀ ਉੱਤੇ ਉਹਦੇ ਜਿਹਾ ਕੋਈ ਹੋਰ ਦੜਾਕ ਪੈਦਾ ਨਹੀਂ ਹੋ ਸਕਿਆ 1960 ਦੇ ਵਿੱਚ ਉਸਨੇ 400 ਮੀਟਰ ਦੀ ਦੌੜ 45.6 ਸੈਕਿੰਡ ਦੇ ਵਿੱਚ ਪੂਰੀ ਕਰੀ ਸੀ ਦੁਨੀਆ ਹਰ ਰੋਜ਼ ਤਰੱਕੀ ਕਰਦੀ ਹੈ ਪਰ ਅੱਜ ਤੱਕ ਵੀ ਏਸ਼ੀਆ ਦਾ ਕੋਈ ਐਥਲੀਟ ਮਿਲਖਾ ਸਿੰਘ ਦੇ ਰਿਕਾਰਡ ਤੱਕ ਨਹੀਂ ਪਹੁੰਚਿਆ 400 ਮੀਟਰ ਦੇ ਵਿੱਚ ਦੌੜ ਜਗਤ ਪ੍ਰਸਿੱਧੀ ਹਾਸਲ ਕਰਨ ਲਈ ਉਸਨੂੰ 30000 ਮੀਲ ਦੌੜਨ ਦਾ ਅਭਿਆਸ ਕਰਨਾ ਪਿਆ ਤਾਂ ਪਿਆਰੇ ਵਿਦਿਆਰਥੀ ਇਹ ਹੀ ਪ੍ਰਸ਼ਨ ਸੀ ਜੋ ਇਸ ਵਾਰੀ ਸੀਬੀਐਸਸੀ ਦੇ ਪੇਪਰ ਦੇ ਵਿੱਚ ਪੁੱਛਿਆ ਸੀ ਕਿ 400 ਮੀਟਰ ਦੇ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਦੇ ਲਈ ਮਿਲਖਾ ਸਿੰਘ ਨੂੰ ਕਿੰਨਾ ਕੁ ਅਭਿਆਸ ਕਰਨਾ ਪਿਆ ਤਾਂ ਉਹਦਾ ਉੱਤਰ ਆਣਾ ਸੀ 4 30000 ਮੀਲ ਤਾਂ ਪਿਆਰੇ ਵਿਦਿਆਰਥੀਓ ਮੀਲ ਅਤੇ ਕਿਲੋਮੀਟਰ ਦੇ ਵਿੱਚ ਬਹੁਤ ਡਿਫਰੈਂਸ ਹੁੰਦਾ ਹੈ ਇਹ ਧਿਆਨ ਰੱਖਣਾ ਤੁਸੀਂ ਮੀਲ ਹੈ ਜਿਹੜਾ ਕਿਲੋਮੀਟਰ ਤੋਂ ਵੱਡਾ ਹੁੰਦਾ ਹੈ ਤਾਂ ਮਿਲਖਾ ਸਿੰਘ ਲਗਭਗ 30000 ਮੀਲ ਦੌੜਿਆ ਸੀ ਲਗਭਗ 40 ਤੋਂ ਲੈ ਕੇ 45000 ਕਿਲੋਮੀਟਰ ਤੱਕ ਤਾਂ ਤੁਸੀਂ ਉੱਤਰ ਹੈ ਜੋ ਮੀਲ ਦੇ ਵਿੱਚ ਹੀ ਲਿਖਣਾ ਹੈ ਤਾਂ ਉਹਨੇ ਇੰਨਾ ਅਭਿਆਸ ਕੀਤਾ ਸੀ ਤਾਂ ਹੀ ਉਸ ਨੂੰ ਇੰਨੀ ਪ੍ਰਸਿੱਧੀ ਹੈ ਜਿਹੜੀ ਹਾਸਲ ਹੋਈ ਹੈ ਇਸ ਅਦੁੱਤੀ ਮਨੁੱਖ ਦੀ ਜਨਮ ਮਿਤੀ ਦਾ ਕਿਸੇ ਨੂੰ ਵੀ ਨਹੀਂ ਪਤਾ ਓਹ ਆਪ ਵੀ ਇੰਨਾ ਕੀ ਜਾਣਦਾ ਹੈ ਕਿ ਉਹਦਾ ਬਚਪਨ ਹੈ ਜੋ ਪੱਛਮੀ ਪੰਜਾਬ ਦੇ ਮੁਜ਼ੱਫਰਗੜ ਵਿੱਚ ਕੋਟ ਅੱਦੂ ਦੇ ਨੇੜੇ ਪਿੰਡ ਗੋਬਿੰਦਪੁਰਾ ਵਿੱਚ ਬਿੱਤਿਆ ਤਾਂ ਮਿਲਖਾ ਸਿੰਘ ਨਾ ਦੇ ਬਚਪਨ ਦੇ ਬਾਰੇ ਕਿਸੇ ਨੂੰ ਨਹੀਂ ਪਤਾ ਉਹਦੀ ਜਨਮ ਮਿਤੀ ਬਾਰੇ ਕਿਸੇ ਨੂੰ ਨਹੀਂ ਪਤਾ ਮਿਲਖਾ ਸਿੰਘ ਨੂੰ ਵੀ ਇਹਦੇ ਬਾਰੇ ਥੋੜਾ ਜਿਹਾ ਪਤਾ ਹੈ ਕਿ ਉਹਦਾ ਜਨਮ ਹੈ ਜਿਹੜਾ ਉਹ ਪਿੰਡ ਗੋਬਿੰਦਪੁਰਾ ਦੇ ਵਿੱਚ ਹੋਇਆ ਜਿਹੜਾ ਪੱਛਮੀ ਪੰਜਾਬ ਦੇ ਮੁਜ਼ੱਫਰਗੜ ਵਿੱਚ ਕੋਟ ਅੱਦੂ ਦੇ ਨੇੜੇ ਹੈ ਤਾਂ ਜੇ ਮਿਲਖਾ ਸਿੰਘ ਜੋ ਛੋਟਾ ਹੀ ਸੀ ਉਹਦੇ ਮਾਤਾ ਪਿਤਾ ਦੀ ਡੈਥ ਹੋ ਗਈ ਸੀ ਉਸ ਦਾ ਪਾਲਣ ਪੋਸ਼ਣ ਉਹਦੀ ਵੱਡੀ ਭੈਣ ਨੇ ਕੀਤਾ ਇਹ ਵੀ ਇੰਪੋਰਟੈਂਟ ਪ੍ਰਸ਼ਨ ਬੰਦਾ ਹੈ ਇਹ ਅੱਠ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਮਿਲਖਾ ਸਿੰਘ ਉਹ ਕੋਲ ਅੱਠ ਭੈਣ ਭਰਾ ਸੀ ਜਿਹਦੇ ਵਿੱਚੋਂ ਮਿਲਖਾ ਸਿੰਘ ਸੀ ਸਭ ਤੋਂ ਛੋਟਾ ਸੀ ਉਹਨਾਂ ਦਾ ਪਰਿਵਾਰ ਖੇਤੀ ਕਰਦਾ ਸੀ ਪੰਜ ਭਰਾ ਸੀ ਤਿੰਨ ਭੈਣਾਂ ਸੀ ਤਾਂ ਮਿਲਖਾ ਸਿੰਘ ਦੀ ਇਹ ਦੌੜ ਜਿਹੜੀ ਅਚਨ ਚੇਤੇ ਬਚਪਨ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਪਿੰਡ ਤੋਂ ਉਹ 5-6 ਮੀਲ ਦੂਰ ਨੰਗੇ ਪੈਰੀਂ ਪੜਨ ਜਾਂਦਾ ਸੀ ਤੂਪਾਂ ਦੇ ਵਿੱਚ ਗਰਮੀ ਦੇ ਮੌਸਮ ਦੇ ਵਿੱਚ ਰੇਤਿੱਲਾ ਰਾਹ ਹੁੰਦਾ ਸੀ ਉਹਦੇ ਉੱਪਰ ਉਹਦੇ ਪੈਰ ਮੱਚਦੇ ਜਾਂ ਭੁੱਜਦੇ ਤਾਂ ਉਹ ਦੌੜਨ ਲੱਗ ਪੈਂਦਾ ਤੇ ਕਿਸੇ ਕਿਕਰ ਦੀ ਛਾਵੇਂ ਜਾ ਕੇ ਉਹਨਾਂ ਪੈਰਾਂ ਨੂੰ ਠੰਡੇ ਕਰਦਾ ਇਸ ਠੰਡੀ ਛਾਂ ਦੀ ਤਾੰਗ ਵਿੱਚ ਉਹ ਇੱਕ ਮਹਾਨ ਦੌੜਾਕ ਦੇ ਜੀਵਨ ਦੀਆਂ ਪਹਿਲੀਆਂ ਦੌੜਾਂ ਸਨ ਤਾਂ ਬਚਪਨ ਦੇ ਵਿੱਚ ਕੀ ਸੀ ਉਹ ਗਰਮ ਰੇਤ ਤੋਂ ਬਚਣ ਦੇ ਲਈ ਭੱਜਿਆ ਕਰਦਾ ਸੀ ਇਹੀ ਉਹਦੀਆਂ ਪਹਿਲੀਆਂ ਦੌੜਾਂ ਨੇ ਰੇਸਾਂ ਨੇ ਜੋ ਮੰਨੀਆਂ ਜਾਂਦੀਆਂ ਨੇ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋ ਗਈ ਮਿਲਖਾ ਸਿੰਘ ਉਦੋਂ 7ਵੀਂ 8ਵੀਂ ਦੇ ਵਿੱਚ ਪੜਦਾ ਸੀ ਤੇ ਮਿਲਖਾ ਸਿੰਘ ਦਾ ਜੋ ਵੱਡਾ ਭਰਾ ਹੈ ਮੱਖਣ ਸਿੰਘ ਉਹ ਮੁਲਤਾਨ ਫੌਜ ਵਿੱਚ ਸੀ ਪਰ ਦੇਸ਼ ਦੇ ਦੰਗਿਆਂ ਨੇ ਉਹਦਾ ਜੀਵਨ ਬਦਲਤਾ ਤੇ ਮਿਲਖਾ ਸਿੰਘ ਆਪਣੀ ਜਾਨ ਬਚਾਉਣ ਵਾਸਤੇ ਮੁਲਤਾਨ ਚਲਾ ਗਿਆ ਮਿਲਖਾ ਸਿੰਘ ਦੇ ਵੱਡੇ ਭਰਾ ਨੇ ਉਹਨੂੰ ਫੌਜ ਵਿੱਚ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ 1952 ਦੇ ਵਿੱਚ ਜਾ ਕੇ ਇਹ ਕਾਮਯਾਬੀ ਮਿਲੀ ਤੇ ਜਦੋਂ 1952 ਦੇ ਵਿੱਚ ਮਿਲਖਾ ਸਿੰਘ ਮਲਤਾਨ ਫੌਜ ਵਿੱਚ ਭਰਤੀ ਹੋ ਗਿਆ ਫੌਜ ਵਿੱਚ ਭਰਤੀ ਹੋ ਗਿਆ ਤਾਂ ਉਸ ਦਿਨ ਉਹ ਬਹੁਤ ਖੁਸ਼ ਸੀ ਇਹ 1953 ਦੇ ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਸਾਲ ਬਾਅਦ ਉਹਨੂੰ ਦੌੜ ਮੁਕਾਬਲਿਆਂ ਦਾ ਪਤਾ ਲੱਗਿਆ ਕਿ ਰੇਸਾਂ ਹੁੰਦੀਆਂ ਨੇ ਉਦੋਂ ਉਹਦੀ ਉਮਰ 20 ਸਾਲ ਤੋਂ ਉੱਪਰ ਹੋਵੇਗੀ ਯੂਰਪ ਅਮਰੀਕਾ ਦੇ ਐਥਲੀਟ 20-22 ਸਾਲ ਦੀ ਉਮਰ ਵਿੱਚ ਹੀ ਆਪਣਾ ਸਿਖਰ ਛੋਹ ਲੈਂਦੇ ਹਨ ਤਾਂ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਦੋਂ ਮਿਲਖਾ ਸਿੰਘ ਨੂੰ ਪਤਾ ਲੱਗਿਆ ਕਿ ਰੇਸ ਵੀ ਹੁੰਦੀ ਹੈ ਰੇਸ ਦੇ ਵੀ ਮੁਕਾਬਲੇ ਹੁੰਦੇ ਨੇ ਉਦੋਂ ਉਹਦੀ ਉਮਰ ਸੀ ਜਿਹੜੀ 20 ਵਰਿਆਂ ਦੀ ਸੀ ਪਰੰਤੂ ਜੋ ਵਿਕਸਿਤ ਦੇਸ਼ਾਂ ਕਹਲੋ ਯੂਰਪ ਅਮਰੀਕਾ ਦੇ ਐਥਲੀਟ ਨੇ 20-22 ਸਾਲ ਦੀ ਉਮਰ ਤੱਕ ਆਪਣੇ ਸ਼ਿਖਰ ਤੱਕ ਪਹੁੰਚ ਜਾਂਦੇ ਨੇ ਭਾਵ ਉਹ ਬਹੁਤ ਛੋਟੀ ਉਮਰ ਤੋਂ ਹੀ ਦੌੜਨਾ ਸ਼ੁਰੂ ਕਰ ਦਿੰਦੇ ਨੇ ਤੇ ਇਸ ਉਮਰ ਦੇ ਉੱਪਰ ਜਾ ਕੇ ਉਹ ਆਪਣੇ ਬੁਲੰਦੀਆਂ ਨੂੰ ਛੂ ਲੈਂਦੇ ਨੇ ਜਿਸ ਉਮਰ ਦੇ ਵਿੱਚ ਜਾ ਕੇ ਮਿਲਖਾ ਸਿੰਘ ਨੂੰ ਪਤਾ ਲੱਗਿਆ ਸੀ ਕਿ ਰੇਸਾਂ ਦੇ ਵੀ ਮੁਕਾਬਲੇ ਹੁੰਦੇ ਨੇ ਮਿਲਖਾ ਸਿੰਘ ਸੀ ਸਰੀਰਕ ਪੱਖੋਂ ਕਮਜ਼ੋਰ ਸੀ ਛਾਤੀ ਦਾ ਘੱਟ ਨਾਪ ਸੀ ਜਿਸ ਕਰਕੇ ਫੌਜ ਦੇ ਵਿੱਚ ਭਰਤੀ ਹੋਣ ਦੇ ਵਿੱਚ ਵੱਡੀ ਰੁਕਾਵਟ ਸੀ ਭਰਤੀ ਕਰਨ ਵਾਲੇ ਉਹਦੀ ਮਿੰਨਤੀ ਕਰਕੇ ਪਿੱਛੇ ਮੋੜ ਦਿੰਦੇ ਰੰਗ ਰੂਟੀ ਕਰਨ ਵੇਲੇ ਜਵਾਨਾਂ ਦੀਆਂ ਖੇਡਾਂ ਹੋਈਆਂ ਮਿਲਖਾ ਸਿੰਘ ਕ੍ਰਾਸ ਕੰਟਰੀ ਵਿੱਚ 6ਵੇਂ ਨੰਬਰ ਤੇ ਆਇਆ ਫਿਰ ਮਿਲਖਾ ਸਿੰਘ ਤੋਂ ਪੁੱਛਿਆ 400 ਮੀਟਰ ਦੌੜ ਲਹਿਗਾ ਤਾਂ ਮਿਲਖਾ ਸਿੰਘ ਕਹਿੰਦਾ 400 ਮੀਟਰ ਦੀ ਦੌੜ ਕਿੰਨੀ ਹੁੰਦੀ ਹੈ ਜਦੋਂ ਉਹਨੂੰ ਦੱਸਿਆ ਗਿਆ ਕਿ 400 ਮੀਟਰ ਦਾ 400 ਮੀਟਰ ਜਿਹੜੀ ਦੌੜ ਉਹ ਟਰੈਕ ਦਾ ਇੱਕੋ ਚੱਕਰ ਹੁੰਦਿਆ ਉੱਥੇ ਟਰੈਕ ਬਣਾਇਆ ਸੀ ਜਿਹੜਾ ਉਹਨਾਂ ਨੇ ਦਿਖਾਇਆ ਸੀ ਅਫਸਰਾਂ ਨੇ ਕਿ ਹਾਂ ਟਰੈਕ ਹੈ ਤੇ ਨੇ ਸਿਰਫ ਇਹਦਾ ਇੱਕ ਚੱਕਰ ਲਾਣੇ ਇਹ 400 ਮੀਟਰ ਹੈ ਤਾਂ ਮਿਲਖਾ ਸਿੰਘ ਨੇ ਕਿਹਾ ਕਹਿੰਦਾ ਇੱਕ ਛੱਡ ਮੈਂ ਤਾਂ 10 ਚੱਕਰ ਲਾ ਸਕਦਾ ਇਹ ਮਿਲਖਾ ਸਿੰਘ ਦੇ ਵਿੱਚ ਹੌਂਸਲਾ ਹੀ ਸੀ ਜਿਹੜਾ ਉਹਨੇ ਅਫਸਰ ਨੂੰ ਕਿਹਾ ਸੀ ਕਹਿੰਦਾ ਇਹਦਾ ਇਹਦੇ ਇੱਕ ਚੱਕਰ ਦੀ ਬਜਾਏ ਮੈਂ 10 ਚੱਕਰ ਲਾ ਸਕਦਾ ਫਿਰ ਉਹਦੇ ਉਸਤਾਦ ਨੇ ਸਮਝਾਇਆ ਕਿ ਇੱਕੋ ਚੱਕਰ ਵਿੱਚ 10 ਚੱਕਰਾਂ ਜਿੰਨਾ ਜ਼ੋਰ ਲਾ ਦੇਣਾ ਤੇ ਉਹਨੂੰ ਦੱਸਿਆ ਗਿਆ ਕਿ ਤੂੰ ਇੱਕੋ ਚੱਕਰ ਦੇ ਵਿੱਚ ਸਾਰਾ ਜ਼ੋਰ ਲਾ ਦੇ ਮਿਲਖਾ ਸਿੰਘ ਨੇ ਉਵੇਂ ਕੀਤਾ ਤੇ ਆਪਣੀ ਕੰਪਨੀ ਦੇ ਵਿੱਚੋਂ ਉਹ ਪਹਿਲੇ ਨੰਬਰ ਤੇ ਆ ਗਿਆ। ਉਦੋਂ ਉਹਦਾ ਟਾਈਮ ਸੀ ਜੋ 1 ਮਿੰਟ 3 ਸੈਕਿੰਡ ਦਾ ਸੀ। ਇਸ ਪਿੱਛੋਂ ਉਹਦੇ ਧੁਰੰਦਰੋਂ ਸੁੱਤੀਆਂ ਸ਼ਕਤੀਆਂ ਜਾਗ ਪਈਆਂ ਜਾਂ ਕਹਿ ਲਓ ਕਿ ਉਹਦਾ ਜਿਹੜਾ ਜੀਵਨ ਬਦਲਣਾ ਸ਼ੁਰੂ ਹੋ ਗਿਆ। ਫੌਜੀਆਂ ਵਾਲੀ ਸਧਾਰਨ ਦਾਲ ਰੋਟੀ ਖਾ ਕੇ ਉਹ ਦਿਨ ਰਾਤ ਦੌੜਨ ਦਾ ਅਭਿਆਸ ਕਰਦਾ। ਭਾਪ ਜਿਹੜੀ ਉਹਦੀ ਖੁਰਾਕ ਸੀ ਮਿਲਖਾ ਸਿੰਘ ਦੀ ਬਿਲਕੁਲ ਸਿੱਧੀ ਸਾਦੀ ਸੀ ਜੋ ਆਮ ਸੀ ਖੁਰਾਕ ਦਾਲ ਰੋਟੀ ਸੀ। ਉਹਦੇ ਜਿਹੜੇ ਵੱਡੇ ਅਫਸਰ ਸੀ ਉਹਦੇ ਅੰਦਰ ਹੋਣ ਹਰ ਦੌੜਾਕ ਬਨੰਦਿਆਂ ਸੰਭਾਵਨਾਵਾਂ ਮੇਖਦੇ ਤਾਂ ਉਹਨੂੰ ਡਿਊਟੀ ਤੋਂ ਛੁੱਟੀ ਦੇ ਦਿੰਦੇ ਤੇ ਮਿਲਖਾ ਸਿੰਘ ਗਰਾਊਂਡ ਦੇ ਵਿੱਚ ਆ ਕੇ ਪ੍ਰੈਕਟਿਸ ਕਰਨ ਲੱਗ ਜਾਂਦਾ ਤੇ ਰਾਤ ਦੇ ਵੇਲੇ ਵੀ ਜਦੋਂ ਉਹਦੇ ਸਾਰੇ ਸਾਥੀ ਸੋ ਜਾਂਦੇ ਤਾਂ ਫੇਰ ਮਿਲਖਾ ਸਿੰਘ ਉਹਨਾਂ ਤੋਂ ਅੱਖ ਬਚਾਉਂਦਾ ਹੋਇਆ ਗਰਾਊਂਡ ਦੇ ਵਿੱਚ ਆ ਜਾਂਦਾ ਹਨੇਰੇ ਦੇ ਵਿੱਚ ਹੀ ਉਹ ਮੀਲਕੂ ਦੇ ਕਰੀਬ ਦੌੜਦਾ ਫੇਰ ਬੈਠ ਜਾਂਦਾ ਫੇਰ ਦੌੜਦਾ ਫੇਰ ਬੈਠ ਜਾਂਦਾ ਉਹਨੂੰ ਕੋਈ ਬਕਾਇਦਾ ਸਿਖਲਾਈ ਨਹੀਂ ਸੀ ਮਿਲ ਰਹੀ ਆਖੀ ਆਖਿਰ ਥੱਕਿਆ ਟੁੱਟਿਆ ਉਹ ਮੰਜੀ ਪਲੇਟ ਨਾਲ ਢੱਕੀ ਰੋਟੀ ਖਾ ਕੇ ਸੌਂ ਜਾਂਦਾ ਸੀ ਹੌਲੀ-ਹੌਲੀ ਉਹਦੀ ਦੌੜ ਜਿਹੜੀ ਉਹ ਤੇਜ਼ ਹੁੰਦੀ ਗਈ ਸਰੀਰ ਜੋਰ ਫੜਦਾ ਗਿਆ ਦਮ ਉਹਦਾ ਸੀ ਜਿਹੜਾ ਪੱਕਦਾ ਗਿਆ ਤੇ ਆਪਣੇ ਸੈਂਟਰ ਦੇ ਦੌੜ ਮੁਕਾਬਲਿਆਂ ਤੋਂ ਲੈ ਕੇ ਉਸ ਸਮੁੱਚੀ ਫੌਜ ਦੇ ਦੌੜ ਮੁਕਾਬਲਿਆਂ ਦੇ ਵਿੱਚ ਅੱਗੇ ਆਉਣ ਲੱਗ ਪਿਆ ਉਹਨਾਂ ਦਿਨ ਹੀ ਭਾਰਤੀ ਫੌਜ ਦੇ ਦੋ ਹੋਰ ਦੌੜਾ ਵਧੀਆ ਦੌੜਾਕ ਸਨ ਜੋਗਿੰਦਰ ਸਿੰਘ ਤੇ ਸੋਹਣ ਸਿੰਘ ਉਹਨਾਂ ਨੇ ਨਵੇਂ ਉੱਠਦੇ ਮਿਲਖਾ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਮਿਲਖਾ ਸਿੰਘ ਉਹਨਾਂ ਦੀ ਈਰਖਾ ਤੋਂ ਨਿਰਲੇਪ ਆਪਣੀ ਧੁੰ ਦੇ ਵਿੱਚ ਲੱਗ ਰਿਹਾ ਗਰਾਊਂਡ ਸੀ ਜੋ ਹੁਣ ਉਹਦੇ ਲਈ ਰੱਬ ਘਰ ਬਣ ਗਿਆ ਤੇ ਦੌੜਨਾ ਉਹਦਾ ਨਿਤਨੇਮ ਬਣ ਗਿਆ ਦੌੜਦਿਆਂ ਬਧੇਰੇ ਜ਼ੋਰ ਲੱਗਣ ਕਰਕੇ ਕਈ ਵਾਰ ਉਹ ਬੇਹੋਸ਼ ਵੀ ਹੋਇਆ ਪਰੰਤੂ ਇਸ ਦੇ ਬਾਵਜੂਦ ਵੀ ਉਹਨੇ ਆਪਣੀ ਦੌੜ ਜਿਹੜੀ ਉਹ ਜਾਰੀ ਰੱਖੀ ਹਾਂਜੀ ਹੁਣ ਆ ਗਈ ਜੀ ਗੱਲ ਅੱਗੇ 1956 ਦੇ ਵਿੱਚ ਮੈਲਬੌਰਨ ਦੀਆਂ 올림픽 ਖੇਡਾਂ ਤਾਂ ਪਿਆਰੇ ਵਿਦਿਆਰਥੀਓ ਦੇ ਵਿੱਚ ਆਪਾਂ 올림픽 ਖੇਡਾਂ ਤੇ ਏਸ਼ੀਆਈ ਖੇਡਾਂ ਦੇ ਬਾਰੇ ਗੱਲ ਕਰਾਂਗੇ 1956 ਦੇ ਵਿੱਚ ਹੋਈਆਂ ਸੀ ਮੈਲਬੌਰਨ ਦੇ ਵਿੱਚ 올림픽 ਖੇਡਾਂ ਜਿੱਥੇ ਮਿਲਖਾ ਸਿੰਘ ਭਾਰਤੀ ਟੀਮ ਦੇ ਲਈ ਚੁਣਿਆ ਗਿਆ ਖੇਡਾਂ ਦੀ ਰੰਗ-ਬਰੰਗੀ ਤੇ ਵਿਸ਼ਾਲ ਦੁਨੀਆ ਦਾ ਉਹਨੂੰ ਅਸਲੀ ਪਤਾ ਮੈਲਬੌਰਨ ਜਾ ਕੇ ਲੱਗਾ ਇਹ ਉੱਥੇ ਦਾ ਵਿਸ਼ਾਲ ਸਟੇਡੀਅਮ ਦੇਖ ਕੇ ਮਿਲਖਾ ਸਿੰਘ ਹੈਰਾਨ ਰਹਿ ਗਿਆ ਜੇਤੂਆਂ ਦਾ ਸ਼ਾਹੀ ਸਨਮਾਨ ਜਦੋਂ ਲੋਕ ਜਿਹੜੇ ਖਿਡਾਰੀ ਜੇਤੂ ਹੁੰਦੇ ਸੀ ਉਹਨਾਂ ਦਾ ਸ਼ਾਹੀ ਸਨਮਾਨ ਕੀਤਾ ਜਾਂਦਾ ਸੀ ਉਹਦੇ ਅੰਦਰ ਵੀ ਕੁੱਤਕ ਧੜੀਆਂ ਕੱਢਣ ਲੱਗਾ ਉੱਥੇ ਉਹ ਭਾਵੇਂ ਦੌੜਾਂ ਦੇ ਵਿੱਚ ਹਾਰ ਗਿਆ ਪਰ ਅਗਾਹ ਜਿੱਤਣ ਦੇ ਲਈ ਨਮਾ ਉਤਸ਼ਾਹ ਲੈ ਕੇ ਮੁੜਿਆ ਤਾਂ ਪਿਆਰੇ ਵਿਦਿਆਰਥੀਓ ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਬਣਦਾ ਹੈ ਕਿ ਮੈਲਬੌਰਨ ਦੇ ਵਿਸ਼ਾਲ ਸਟੇਡੀਅਮ ਨੇ ਮਿਲਖਾ ਸਿੰਘ ਨੂੰ ਕਿਵੇਂ ਪ੍ਰਭਾਵਿਤ ਕੀਤਾ ਤਾਂ ਇਹ ਪ੍ਰਸ਼ਨ ਦਾ ਉੱਤਰ ਲਿਖ ਸਕਦੇ ਤੁਸੀਂ ਉਹਦੇ ਵਿੱਚ ਭਾਵੇਂ ਦੀ ਪਹਿਲੀਆਂ ਹੀ ਦੌੜਾਂ ਦੇ ਵਿੱਚ ਇਹ ਹਾਰ ਗਿਆ ਸੀ ਜੋ ਮੈਲਬੌਰਨ ਦੀ 올림픽 ਹੋਈਆਂ ਸੀ ਪਰ ਉਹਦੇ ਅੰਦਰ ਉਤਸ਼ਾਹ ਸੀ ਜਿਹੜਾ ਹੋਰ ਵੱਧ ਗਿਆ ਤਾਂ ਤੀਜੀਆਂ ਏਸ਼ੀਆਈ ਖੇਡਾਂ ਤਾਂ ਉੱਪਰ ਆਪਾਂ ਨੇ ਮੈਲਬੌਰਨ ਖੇਡਾਂ ਦੇ ਬਾਰੇ ਗੱਲ ਕੀਤੀ ਸੀ ਤੇ ਹੁਣ ਗੱਲ ਕਰਦੇ ਆਂ ਤੀਜੀਆਂ ਏਸ਼ੀਆਈ ਖੇਡਾਂ ਸੀ ਜੋ 1958 ਦੇ ਵਿੱਚ ਟੋਕੀਓ ਦੇ ਵਿੱਚ ਹੋਈਆਂ ਸੀ ਤਾਂ ਪਿਆਰੇ ਵਿਦਿਆਰਥੀਓ ਜੋ ਏਸ਼ੀਆਈ ਖੇਡਾਂ ਨੇ ਉਹ ਵੀ 4 ਸਾਲ ਬਾਅਦ ਹੁੰਦੀਆਂ ਨੇ ਤੇ ਜੋ 올림픽 ਖੇਡਾਂ ਨੇ ਉਹ ਵੀ 4 ਸਾਲ ਬਾਅਦ ਹੁੰਦੀਆਂ ਨੇ ਤਾਂ ਹੁਣ ਜਿਵੇਂ 1956 ਦੇ ਵਿੱਚ ਮੈਲਬੌਰਨ ਦੇ ਵਿੱਚ ਹੋਈਆਂ ਸੀ 올림픽 ਖੇਡਾਂ ਤੇ ਉਹ ਤੋਂ 2 ਸਾਲ ਬਾਅਦ ਹੀ ਏਸ਼ੀਆਈ ਖੇਡਾਂ ਹੁੰਦੀਆਂ ਨੇ ਟੋਕੀਓ ਦੇ ਵਿੱਚ ਹੋਈਆਂ ਸੀ ਉਹ ਤਾਂ ਤੁਸੀਂ ਇਹ ਸਾਰੀਆਂ ਖੇਡਾਂ ਦੇ ਨਾਮ ਲਿਖ ਵੀ ਸਕਦੇ ਹੋ ਤਾਂ ਜੋ ਤੁਹਾਡੇ ਈਜ਼ੀ ਰਹੇ ਯਾਦ ਰਹੇ ਤਾਂ ਹੁਣ ਜਦੋਂ ਏਸ਼ੀਆਈ ਖੇਡਾਂ ਹੋਈਆਂ ਤੀਜੀਆਂ ਟੋਕੀਓ ਦੇ ਵਿੱਚ ਉੱਥੇ ਮਿਲਖਾ ਸਿੰਘ ਸਭ ਤੋਂ ਤਕੜਾ ਐਥਲੀ ਐਥਲੀਟ ਸਾਬਿਤ ਹੋਇਆ ਤੇ ਪਾਕਿਸਤਾਨ ਇਹ ਵੀ ਪ੍ਰਸ਼ਨ ਇੰਪੋਰਟੈਂਟ ਹੈ ਕਿ ਪਾਕਿਸਤਾਨ ਦਾ ਅਬਦੁਲ ਖਾਲਿਦ ਪਾਕਿਸਤਾਨ ਦਾ ਖਿਡਾਰੀ ਸੀ ਇੱਕ ਅਬਦੁਲ ਖਾਲਿਦ ਉਹ 200 ਮੀਟਰ ਦੀ ਦੌੜ ਦਾ ਇੱਕ ਤੇਜ਼ ਤਰਾਰ ਦੌੜਾਕ ਸੀ ਭਾਵੇਂ 200 ਮੀਟਰ ਦੀ ਦੌੜ ਦੇ ਵਿੱਚ ਉਹਦਾ ਨਾਮ ਚੱਲਦਾ ਸੀ ਸਿੱਕਾ ਜੰਮਦਾ ਜੰਮਿਆ ਹੋਇਆ ਸੀ ਤਾਂ ਦੌੜ ਤੋਂ ਪਹਿਲਾਂ ਉਹਦੀ ਮਿਲਖਾ ਸਿੰਘ ਨਾਲ ਜਾਣ ਪਛਾਣ ਕਰਾਈ ਗਈ ਤਾਂ ਉਸ ਨੇ ਆਮ ਪੰਜਾਬੀਆਂ ਵਾਂਗ ਫੜ ਮਾਰੀ ਕਹਿੰਦਾ ਇਸ ਸਿਖੜੇ ਨੇ ਮੇਰਾ ਧੱਕਾ ਕਿੱਥੋਂ ਸੈਨਾ ਏ ਤਾਂ ਉਹਨੇ ਕਹਿਤਾ ਫੜ ਮਾਰਤੀ ਕਿ ਸਿਖੜੇ ਨੇ ਮੇਰਾ ਧੱਕਾ ਕਿੱਥੋਂ ਸੈਨਾ ਇਹ ਸੁਣ ਕੇ ਮਿਲਖਾ ਸਿੰਘ ਗੁੱਸੇ ਨੂੰ ਅੰਦਰ ਮੰਦਰੀ ਪੀ ਗਿਆ ਮਿਲਖਾ ਸਿੰਘ ਤੇ ਅਬਦੁਲ ਖਾਲਿਦ ਦੇ ਵਿੱਚੋਂ ਜਿਹੜਾ ਵੀ ਇਸ ਦੌੜ ਨੂੰ ਜਿੱਤਦਾ ਉਹੀ ਏਸ਼ੀਆ ਦਾ ਸਭ ਤੋਂ ਤਕੜਾ ਐਥਲੀਟ ਮੰਨਿਆ ਜਾਣਾ ਸੀ ਅਖਬਾਰਾਂ ਵਿੱਚ ਕਈ ਤਰ੍ਹਾਂ ਦੇ ਅੰਦਾਜ਼ੇ ਕਿਆਸ ਲਗਾਏ ਜਾ ਰਹੇ ਸੀ ਤੇ ਨਿੱਕਤਰਾਂ ਦੀਆਂ ਸ਼ਰਤਾਂ ਲੱਗੀਆਂ ਹੋਈਆਂ ਸੀ ਦੋਹਾਂ ਨੇ ਇੱਕੋ ਸਮੇਂ ਫਿੱਤੇ ਨੂੰ ਛੋਇਆ ਤਾਂ ਜਦੋਂ ਦੌੜ ਪੂਰੀ ਕੀਤੀ ਤਾਂ ਦੋਵਾਂ ਨੇ ਇੱਕੋ ਸਮੇਂ ਦੇ ਉੱਪਰ ਫਿੱਤੇ ਨੂੰ ਛੋਇਆ हां ਦੌੜ ਦੇ ਅੰਤ ਦੀ ਫੋਟੋ ਦੇਖਣ ਉਪਰੰਤ ਐਲਾਨ ਹੋਇਆ ਮਿਲਖਾ ਸਿੰਘ ਪ੍ਰਥਮ ਸਾਰਾ ਸਟੇਡੀਅਮ ਹੱਲਾਸ਼ੇਰੀ ਵਿੱਚ ਗੂੰਜ ਉੱਠਿਆ ਮਿਲਖਾ ਸਿੰਘ ਦੇ ਖੁਸ਼ੀ ਨਾਲ ਹੰਝੂ ਵਹਿ ਨਿਕਲੇ ਅਖਬਾਰਾਂ ਦੇ ਨੁਮਾਇੰਦਿਆਂ ਨੇ ਉਹਨੂੰ ਘੇਰ ਲਿਆ ਪੱਤਰਕਾਰਾਂ ਨੇ ਉਹਨੂੰ ਘੇਰ ਲਿਆ ਕੈਮਰਿਆਂ ਦੀਆਂ ਅੱਖਾਂ ਜਗਨ ਨੂੰ ਬੁਝਣ ਲੱਗੀਆਂ ਅੱਖਾਂ ਜਗਨ ਬੁਝਣ ਤੋਂ ਪਾਵੇ ਕਿ ਕੈਮਰਿਆਂ ਦੇ ਜਿਹੜਿਆਂ ਕੈਮਰਿਆਂ ਦੇ ਨਾਲ ਸੀ ਫੋਟੋਗ੍ਰਾਫਰ ਫੋਟੋਆਂ ਖਿੱਚ ਰਹੇ ਸੀ ਉਹ ਫਲੈਸ਼ ਲਾਈਟ ਵੱਜਦੀ ਆ ਜੋ ਗੱਲ ਖਵਾਭ ਭਾਵ ਸੁਪਨੇ ਵਿੱਚ ਵੀ ਨਹੀਂ ਸੀ ਉਹ ਹਕੀਕਤ ਬਣ ਗਈ ਸੀ ਜਾਪਾਨ ਦਾ ਸ਼ਹਿਨशाह ਸੀ ਜੋ ਉਹਨੂੰ ਇਨਾਮ ਦੇ ਰਿਹਾ ਸੀ ਤੇ ਅਗਲੇ ਹੀ ਦਿਨ ਦੁਨੀਆ ਵਿੱਚ ਮਿਲਖਾ ਸਿੰਘ ਮਿਲਖਾ ਸਿੰਘ ਹੋ ਗਈ ਕਿਉਂਕਿ ਉਦੋਂ ਇੰਟਰਨੈਟ ਵਗੈਰਾ ਤਾਂ ਹੁੰਦਾ ਨਹੀਂ ਸੀ ਤਾਂ ਅਖਬਾਰਾਂ ਦੇ ਜ਼ਰੀਏ ਹੀ ਪਤਾ ਲੱਗਦਾ ਸੀ ਕਿ ਕੱਲ ਕੀ ਵਾਪਰਿਆ ਤਾਂ ਅਗਲੇ ਹੀ ਦੁਨੀਆ ਦੇ ਅਗਲੇ ਹੀ ਦਿਨਾਂ ਦੇ ਵਿੱਚ ਦੁਨੀਆ ਦੇ ਵਿੱਚ ਮਿਲਖਾ ਸਿੰਘ ਮਿਲਖਾ ਸਿੰਘ ਹੋ ਗਈ ਤਾਂ ਇਹ ਸੀ ਮਿਲਖਾ ਸਿੰਘ ਦੀ 1958 ਦੇ ਵਿੱਚ ਏਸ਼ੀਆਈ ਖੇਡਾਂ ਦੀ ਜਿੱਤ ਹੁਣ 1958 ਤੋਂ ਲੈ ਕੇ 1960 ਈਸਵੀ ਤੱਕ ਉਹ ਇੰਨਾ ਘੁੰਮਿਆ ਕਿ ਆਪਣੇ ਦੇਸ਼ ਵਤਨ ਦੇ ਵਿੱਚ ਵਾਪਸ ਆਉਣ ਦੇ ਲਈ ਤਰਸ ਜਾਂਦਾ ਇੰਨਾ ਸਮੇਂ ਦੇ ਵਿੱਚ 58 ਤੋਂ 60 ਦੇ ਦੌਰਾਨ ਉਹਦਾ ਮੁੱਖ ਟਿਕਾਣਾ ਸੀ ਜਿਹੜਾ ਲੰਡਨ ਦੇ ਵਿੱਚ ਸੀ ਪਰ ਉਹ ਲੱਭਿਆ ਵੀ ਨਹੀਂ ਸੀ ਲੱਭਦਾ ਇਸ ਸਮੇਂ ਉਸਨੇ ਦੁਨੀਆ ਦੇ ਚੋਟੀ ਦੇ ਜੋ ਦੌੜਾਕ ਸੀ ਮੰਨੇ ਪਰਮੰਨੇ ਦੌੜਾਕ ਸੀ ਉਹ ਹਰਾਏ ਫਿਰ ਆ ਵੀ ਇੰਪੋਰਟੈਂਟ ਪ੍ਰੈਸੈਂਟ ਸ਼ੁਰੂ ਹੋ ਗਿਆ ਇੰਡੋਪਾਰਕ ਮੀਟ ਲਾਹੌਰ ਦੇ ਵਿੱਚ ਹੋਈ ਇੰਡੋ ਤੋਂ ਭਾਵ ਹੈ ਇੰਡੀਆ ਤੇ ਪਾਕ ਤੋਂ ਭਾਵ ਹੈ ਪਾਕਿਸਤਾਨ ਇਹਨਾਂ ਦੀ ਇੱਕ ਮੀਟ ਹੋਈ ਸੀ ਲਾਹੌਰ ਦੇ ਵਿੱਚ ਹੋਈ ਸੀ ਮਿਲਖਾ ਸਿੰਘ ਦੀ ਮਾਤ ਭੂਮੀ ਦੇ ਨੇੜੇ ਕਿਉਂਕਿ ਮਿਲਖਾ ਸਿੰਘ ਦਾ ਜਨਮ ਵੀ ਉਦੋਂ ਪਾਕਿਸਤਾਨ ਦੇ ਵਿੱਚ ਹੀ ਹੋਇਆ ਸੀ ਉੱਥੇ ਮਿਲਖਾ ਸਿੰਘ ਇੰਚਾਂ ਫੁੱਟਾਂ ਦੀ ਥਾਂ ਗਜਾਂ ਦੇ ਫਾਸਲੇ ਨਾਲ ਪ੍ਰਥਮ ਆਇਆ ਨੀਤਾ ਜੋ ਆਮ ਦੌੜਾ ਹੁੰਦੇ ਨੇ ਉਹਦੇ ਵਿੱਚ ਕੋਈ ਇਹ 2 ਇੰਚਾਂ ਦੇ ਜਿੱਤ ਗਿਆ ਕੋਈ 4 ਇੰਚਾਂ ਦੇ ਜਿੱਤ ਗਿਆ ਕੋਈ 1 ਫੁੱਟ ਦੇ ਜਿੱਤ ਗਿਆ ਪਰ ਜਿਹੜੀ ਇੰਡੋ ਪਾਕ ਮੀਟ ਹੋਈ ਸੀ ਉਹਦੇ ਵਿੱਚ ਮਿਲਖਾ ਸਿੰਘ ਸੀ ਜੋ ਗਜਾਂ ਦੇ ਫਾਸਲੇ ਦੇ ਨਾਲ ਪਹਿਲੇ ਨੰਬਰ ਤੇ ਆਇਆ ਸੀ ਤਾਂ ਜਦੋਂ ਪਹਿਲੇ ਨੰਬਰ ਤੇ ਆਇਆ ਤਾਂ ਉੱਥੋਂ ਦਾ ਜਿਹੜਾ ਅਨਾਉਂਸਰ ਸੀ ਅਨਾਉਂਸਮੈਂਟ ਕਰ ਰਿਹਾ ਸੀ ਉਹ ਕਹਿਣ ਲੱਗੇ ਕਿ ਮਿਲਖਾ ਸਿੰਘ ਨੇ ਇਹ ਦੌੜ ਦੌੜ ਕੇ ਨਹੀਂ ਸਗੋ ਉੱਡ ਕੇ ਪੂਰੀ ਕੀਤੀ ਹੈ ਇਸ ਲਈ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਹਿਣਾ ਚਾਹੀਦਾ ਤਾਂ ਫਲਾਈਂਗ ਸਿੱਖ ਸ਼ਬਦ ਹੈ ਜੋ ਮਿਲਖਾ ਸਿੰਘ ਦੇ ਲਈ ਸਭ ਤੋਂ ਪਹਿਲੀ ਵਾਰੀ ਇੰਡੋਪਾਰਕ ਮੀਟਰ ਲਾਹੌਰ ਦੇ ਵਿੱਚ ਵਰਤਿਆ ਗਿਆ ਸੀ ਜੋ ਉੱਥੋਂ ਕੀ ਉੱਥੋਂ ਦੇ ਅਨਾਉਂਸਰ ਨੇ ਕਿਹਾ ਸੀ ਤਾਂ ਉਦੋਂ ਤੋਂ ਫਲਾਈਂਗ ਸਿੱਖ ਦਾ ਖਿਤਾਬ ਮਿਲਖਾ ਸਿੰਘ ਦੇ ਨਾਮ ਨਾਲ ਜੁੜ ਗਿਆ ਬਾਦ ਵਿੱਚ ਪਦਮ ਸ਼੍ਰੀ ਦਾ ਸਨਮਾਨ ਵੀ ਉਹਨੂੰ ਮਿਲਿਆ ਉਸਨੇ ਆਪਣੀ ਸਵੈ ਜੀਵਨੀ ਦਾ ਨਾਮ ਫਲਾਈਂਗ ਸਿੱਖ ਮਿਲਖਾ ਸਿੰਘ ਰੱਖਿਆ ਹੈ ਤਾਂ ਇੰਪੋਰਟੈਂਟ ਪ੍ਰਸ਼ਨ ਹੈ ਕਿ ਮਿਲਖਾ ਸਿੰਘ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਜੇਕਰ ਪਿਆਰੇ ਵਿਦਿਆਰਥੀਓ ਸਵੈ ਜੀਵਨੀ ਪੁੱਛੀ ਜਾਵੇ ਤਾਂ ਉਹਦਾ ਨਾਮ ਹੈ ਫਲਾਈਂਗ ਸਿੱਖ ਮਿਲਖਾ ਸਿੰਘ ਜੇਕਰ ਪੁੱਛਿਆ ਜਾਵੇ ਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਮਿਲਖਾ ਸਿੰਘ ਦੀ ਜੀਵਨੀ ਹੈ ਜੋ ਉਹਦਾ ਕੀ ਨਾਮ ਹੈ ਤਾਂ ਉਹਦਾ ਨਾਮ ਹੈ ਪਿਆਰੇ ਵਿਦਿਆਰਥੀਓ ਉੱਡਣਾ ਸਿੱਖ ਮਿਲਖਾ ਸਿੰਘ ਤੇ ਲੇਖਕ ਦਾ ਨਾਮ ਹੈ ਪ੍ਰਕਾਸ਼ ਸਿੰਘ ਗਿੱਲ ਅੱਗੇ ਗੱਲ ਕਰਦੇ ਹਾਂ 올림픽 ਖੇਡਾਂ ਤੋਂ ਕੁਝ ਸਮਾਂ ਪਹਿਲਾਂ ਮਿਲਖਾ ਸਿੰਘ ਨੂੰ ਭਾਰਤ ਦੇ ਫੌਜੀ ਐਥਲੀਟ ਸੀ ਜੋ ਉਹਨਾਂ ਦੀ ਟੀਮ ਦਾ ਕਪਤਾਨ ਬਣਾ ਕੇ ਯੂਰਪ ਦੇ ਦੌਰੇ ਦੇ ਉੱਪਰ ਭੇਜਿਆ ਗਿਆ ਇਸ ਦੌਰੇ ਵਿੱਚ ਉਸ ਨੂੰ ਦੌੜ ਦੇ ਕਾਫੀ ਸਖਤ ਮੁਕਾਬਲੇ ਪੇਸ਼ ਆਏ ਸਵੀਡਨ ਦੇ ਵਿੱਚ ਦੌੜਦਿਆਂ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ ਪਹਿਲਾ 올림픽 ਰਿਕਾਰਡ ਜਿੰਨੇ ਸਮੇਂ ਭਾਵ 45.9 ਸੈਕਿੰਡ ਦੇ ਵਿੱਚ ਪੂਰੀ ਕੀਤੀ ਇਹ ਸੀ ਸਵੀਡਨ ਉਸ ਤੋਂ ਬਾਅਦ ਪੈਰਿਸ ਦੇ ਵਿੱਚ ਦੌੜਦਿਆਂ ਉਹਨੇ 45.8 ਸੈਕਿੰਡ ਦਾ ਟਾਈਮ ਕੱਢਿਆ ਤੇ ਉਹਦਾ ਵਿਸ਼ਵਾਸ ਪੱਕਾ ਹੋ ਗਿਆ ਕਿ ਉਹ 올림픽 ਜਿੱਤ ਲਵੇਗਾ ਉਹਨੇ ਆਪਣੇ ਮਨ ਦੇ ਵਿੱਚ ਹੀ ਧਾਰ ਲਿਆ ਸੀ ਕਿ ਉਹ ਹੁਣ ਕੇਵਲ 400 ਮੀਟਰ ਦੀ ਦੌੜ ਹੀ ਦੌੜੇਗਾ ਤੇ 200 ਮੀਟਰ ਦੀ ਦੌੜ ਆ ਜੋ ਛੱਡ ਦੇਵੇਗਾ ਪਰ ਇਹੀ ਫੈਸਲਾ ਉਸ ਨੂੰ ਦਗਾ ਦੇ ਗਿਆ ਧੋਖਾ ਦੇ ਗਿਆ ਜੋ ਉਹਨੇ ਫੈਸਲਾ ਕੀਤਾ ਸੀ ਸਾਰੇ ਮੰਨਦੇ ਸੀ ਕਿ ਜੇਕਰ ਮਿਲਖਾ ਸਿੰਘ 200 ਮੀਟਰ ਦੀ ਦੌੜ ਦੌੜਦਾ ਤਾਂ ਰੋਮ ਤੋਂ ਉਹ ਕੋਈ ਨਾ ਕੋਈ ਤਗਮਾ ਜਾਂ ਇਨਾਮ ਜਾਂ ਸਨਮਾਨ ਜ਼ਰੂਰ ਪ੍ਰਾਪਤ ਕਰਦਾ ਪਰ ਰੋਮ ਦੀ ਦੌੜ ਤੋਂ ਬਾਅਦ ਫਿਰ ਮਿਲਖਾ ਸਿੰਘ ਉਦਾਸ ਹੋ ਗਿਆ ਆਖਿਰ ਦੋਸਤਾਂ ਮਿੱਤਰਾਂ ਤੇ ਅਫਸਰਾਂ ਨੇ ਉਹਨੂੰ ਬਹੁਤ ਦਿਲਾਸੇ ਦਿੱਤੇ ਉਹਨੂੰ ਬਹੁਤ ਸਮਝਾਇਆ ਤੇ ਉਹ ਥੋੜਾ ਜਿਹਾ ਸੰਭਲਿਆ ਉਹਨੇ ਫਿਰ ਕਿੱਲਾਂ ਵਾਲੇ ਬੂਟ ਜਿਨ੍ਹਾਂ ਨੂੰ ਸਪਾਈਕਸ ਕਹਿੰਦੇ ਨੇ ਜਿਹੜੇ ਕਿ ਰੇਸ ਲਗਾਉਣ ਵਾਲੇ ਬੂਟ ਪਾਉਂਦੇ ਨੇ ਉਹ ਹੁੰਦੇ ਨੇ ਕਿੱਲਾਂ ਵਾਲੇ ਬੂਟ ਫਿਰ ਪਹਿਨ ਲਏ ਤੇ ਮੁੜ ਆਪਣੇ ਤੀਰਥ ਸਥਾਨ ਨੂੰ ਮੱਥਾ ਟੇਕਿਆ ਤਾਂ ਪਿਆਰੇ ਵਿਦਿਆਰਥੀਓ ਤੀਰਥ ਸਥਾਨ ਤੋਂ ਭਾਵ ਹੈ ਸਟੇਡੀਅਮ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਅਫਸਰਾਂ ਦੇ ਦਿਲਾਸੇ ਤੋਂ ਬਾਅਦ ਫਿਰ ਰੇਸਾਂ ਦੇ ਵਿੱਚ ਭਾਗ ਲੈਣ ਲੱਗਿਆ ਤੇ 1962 ਦੇ ਵਿੱਚ ਜਕਾਰਤਾ ਵਿੱਚ ਚੌਥੀਆਂ ਏਸ਼ੀਆਈ ਖੇਡਾਂ ਹੋਈਆਂ ਇਸ ਤੋਂ ਪਹਿਲਾਂ ਆਪਾਂ ਨੇ ਤੀਜੀਆਂ ਏਸ਼ੀਆਈ ਖੇਡਾਂ ਦੇ ਬਾਰੇ ਗੱਲ ਕੀਤੀ ਸੀ ਜੋ ਟੋਕੀਓ ਦੇ ਵਿੱਚ ਹੋਈਆਂ ਸੀ ਤੇ ਚੌਥੀਆਂ ਏਸ਼ੀਆਈ ਖੇਡਾਂ ਨੇ ਜੋ ਉਹ ਜਕਾਰਤਾ ਦੇ ਵਿੱਚ ਹੋਈਆਂ ਸੀ ਉਸ ਦੇ ਵਿੱਚ ਉਹਨੇ ਫਿਰ ਸੋਨੇ ਦੇ ਤਗਮੇ ਜਿੱਤੇ ਤੇ 1964 ਦੇ ਵਿੱਚ 올림픽 ਖੇਡਾਂ ਦੇ ਵਿੱਚ ਉਹਨੇ ਤੀਜੀ ਵਾਰੀ ਹਿੱਸਾ ਲਿਆ ਪਹਿਲੀ ਵਾਰੀ 올림픽 ਖੇਡਾਂ ਦੇ ਵਿੱਚ ਭਾਗ ਉਹਨੇ 1956 ਦੇ ਵਿੱਚ ਲਿਆ ਸੀ ਦੂਜੀ ਵਾਰੀ ਉਹਨੇ 1960 ਦੇ ਵਿੱਚ ਭਾਗ ਲਿਆ ਸੀ ਤੇ ਤੀਜੀ ਵਾਰੀ 1964 ਦੇ ਵਿੱਚ ਉਹਨੇ 올림픽 ਖੇਡਾਂ ਦੇ ਵਿੱਚ ਭਾਗ ਲਿਆ ਸੀ ਤੇ ਆਖਿਰ ਟੋਕੀਓ ਦੀ 올림픽 ਦੌੜ ਦੌੜਨ ਪਿੱਛੋਂ ਦੌੜ ਨੂੰ ਹਲਵਿਦਾ ਆਖ ਕੇ ਕਿਲਾਵਲੇ ਬੂਟ ਕਿੱਲੀ ਉੱਤੇ ਟੰਗ ਦਿੱਤੇ ਜੋ ਵੰਗਾਰ ਰਹੇ ਹਨ ਆਵੇ ਕੋਈ ਨਿਤਰੇ ਤਾਂ ਪਿਆਰੇ ਵਿਦਿਆਰਥੀ ਆਖਿਰ ਦੇ ਵਿੱਚ ਉਹ ਕਿਹੜੀ ਦੌੜ ਦੌੜਨ ਤੋਂ ਬਾਅਦ ਤਾਂ ਟੋਕੀਓ ਦੀ ਦੌੜ ਦੌੜਨ ਤੋਂ ਬਾਅਦ ਉਹਨੇ ਇਸ ਦੌੜ ਨੂੰ ਅਲਵਿਦਾ ਕਹਿ ਦਿੱਤੀ ਤੇ ਆਪਣੇ ਕਿੱਲਾਂ ਵਾਲੇ ਬੋਰਡ ਸੀ ਜਿਹੜੇ ਉਹ ਕਿੱਲੀ ਦੇ ਉੱਪਰ ਟੰਗ ਦਿੱਤੇ ਜੋ ਅਜੇ ਵੀ ਵੰਗਾਰ ਰਹੇ ਨੇ ਕਿ ਕੋਈ ਆਵੇ ਤੇ ਨਿਤਰੇ ਭਾਵੇਂ ਕੋਈ ਅਜੇ ਵੀ ਮਿਲਖਾ ਸਿੰਘ ਵਰਗੇ ਉਹ ਦੌੜਾਕ ਦੀ ਮਿਲਖਾ ਸਿੰਘ ਵਰਗੇ ਦੌੜਾਕ ਦੀ ਅਜੇ ਵੀ ਉਹ ਇੰਤਜ਼ਾਰ ਦੇ ਵਿੱਚ ਨੇ ਉਹ ਬੋਰਡ ਤਾਂ ਐਸੀ ਪਿਆਰੇ ਵਿਦਿਆਰਥੀਓ ਜੀਵਨੀ ਆ ਜੋ ਮਿਲਖਾ ਸਿੰਘ ਦੀ ਤਾਂ ਦੇਖਦੇ ਆਂ ਸੀ ਇਸ ਪੂਰੀ ਜੀਵਨੀ ਦੇ ਵਿੱਚ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਆਮ ਪੜ੍ਹਾਈ ਦੇ ਨਾਲ ਨਾਲ ਵੀ ਜੇਕਰ ਸਾਨੂੰ ਸਾਹਸ ਨਾਲ ਕੋਈ ਕੰਮ ਕਰਨਾ ਹੈ ਤਾਂ ਸਾਨੂੰ ਮਿਲਖਾ ਸਿੰਘ ਦੇ ਵਾਂਗ ਬੰਨਾ ਚਾਹੀਦਾ ਉਹਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਸਾਨੂੰ ਸਾਨੂੰ ਕਿਸੇ ਵੀ ਮੁਸ਼ਕਿਲ ਤੋਂ ਨਹੀਂ ਘਬਰਾਉਣਾ ਚਾਹੀਦਾ ਹਰ ਟਾਈਮ ਦੇ ਉੱਪਰ ਆਪਣਾ ਦ੍ਰਿੜ ਇਰਾਦਾ ਰੱਖਣਾ ਚਾਹੀਦਾ ਤਾਂ ਹੀ ਅਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਆਂ ਤਾਂ ਦੇਖਦੇ ਆਂ ਜੀ ਟਿੱਪਣੀ ਟਿੱਪਣੀ ਹੈ ਕਿ ਇਹ ਜੀਵਨ ਜੀਵਨੀ ਸਾਨੂੰ ਇਸ ਗੱਲ ਦੀ ਬੋਧ ਕਰਵਾਉਂਦੀ ਹੈ ਗਿਆਨ ਕਰਵਾਉਂਦੀ ਹੈ ਕਿ ਮਿਲਖਾ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਦੌੜਾਂ ਔਕੜਾਂ ਦਾ ਸਾਹਮਣਾ ਕੀਤਾ ਤਾਂ ਹੀ ਉਹ ਮਹਾਨ ਖਿਡਾਰੀ ਬਣਿਆ ਬਚਪਨ ਵਿੱਚ ਹੀ ਮਾਪੇ ਦਾ ਸਾਆ ਉਹਦੇ ਸਿਰ ਤੋਂ ਉੱਠ ਗਿਆ ਸੀ ਤਾਂ ਉਹਦੀ ਵੱਡੀ ਭੈਣ ਨੇ ਉਹਦਾ ਪਾਲਣ ਪੋਸ਼ਣ ਕੀਤਾ ਤੇ ਉਹਦੇ ਔਖੇ ਵੇਲੇ ਉਹਦਾ ਸਾਥ ਦਿੱਤਾ ਬੁਰੀ ਸੰਗਤ ਵਿੱਚ ਫਸ ਗਿਆ ਸੀ ਪਰ ਫੌਜ ਵਿੱਚ ਜਦੋਂ ਭਰਤੀ ਹੋ ਗਿਆ ਇੱਕ ਅਨੁਸ਼ਾਸਿਤ ਸਿਪਾਹੀ ਬਣ ਗਿਆ ਇੱਥੇ ਹੀ ਉਹਦੇ ਵਿੱਚ ਦੌੜਨ ਦਾ ਜਾਗ ਚੱਗਿਆ ਚਾ ਜਾਗ ਗਿਆ ਤੇ ਫਿਰ ਉਹਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਦੌੜਨ ਉਸਨੇ ਆਪਣਾ ਖੁਦਾ ਬਣਾ ਲਿਆ ਤੇ ਆਪਣਾ ਸਭ ਕੁਝ ਦੌੜਨ ਦੇ ਲਈ ਕੁਰਬਾਨ ਕਰ ਦਿੱਤਾ ਦੌੜ ਦੇ ਵਿੱਚ ਉਸਦੇ ਬਣਾਏ ਗਏ ਰਿਕਾਰਡ ਏਸ਼ੀਆ ਦੇ ਐਥਲੀਟਾਂ ਲਈ ਪਰੇਸ਼ਾਨੀ ਦਾ ਸਬਬ ਬਣ ਰਹੇ ਨੇ ਤਾਂ ਅਸੀਂ ਪਿਆਰੇ ਵਿਦਿਆਰਥੀਓ ਮਿਲਖਾ ਸਿੰਘ ਦੀ ਜੀਵਨੀ ਤੇ ਹੁਣ ਦੇਖਦੇ ਆਂ ਇਹਦੇ ਵਿੱਚੋਂ ਜੀਵਨੀਆਂ ਦੇ ਵਿੱਚੋਂ ਤੁਹਾਨੂੰ 2 ਨੰਬਰ ਦਾ ਪ੍ਰਸ਼ਨ ਆਉਂਦਾ ਹੈ ਤਾਂ ਹੀ ਪ੍ਰਸ਼ਨ ਹੈ ਜੋ ਇਹ ਕਿਹੜਾ ਪ੍ਰਸ਼ਨ ਆਇਆ ਸੀ ਆਪਾਂ ਉਹਦੇ ਬਾਰੇ ਵੀ ਡਿਸਕਸ ਕਰ ਚੁੱਕੇ ਅਸੀਂ CBSE ਦੇ ਬੋਰਡ ਦੇ ਪੇਪਰ ਦੇ ਵਿੱਚ ਤਾਂ ਹੋਰ ਦੇਖਦੇ ਹਾਂ ਜੀ ਪ੍ਰਸ਼ਨ ਪ੍ਰਸ਼ਨ ਨੰਬਰ 1 ਕਿਿਆ ਪਿਆਰੇ ਵਿਦਿਆਰਥੀਓ ਮਿਲਖਾ ਸਿੰਘ ਨੇ ਕਿੰਨੇ ਦੌੜ ਮੁਕਾਬਲਿਆਂ ਵਿੱਚ ਹਿੱਸਾ ਲਿਆ ਤਾਂ ਪਿਆਰੇ ਵਿਦਿਆਰਥੀਓ ਮਿਲਖਾ ਸਿੰਘ ਨੇ 82 ਦੌੜ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਸੀ 82 ਤੇ ਅੱਗੇ ਪ੍ਰਸ਼ਨ ਹੈ ਕਿ ਕਿੰਨੇ ਮੁਕਾਬਲਿਆਂ ਵਿੱਚ ਉਸ ਨੂੰ ਜਿੱਤ ਹਾਸਲ ਹੋਈ ਤਾਂ 79 79 ਮੁਕਾਬਲਿਆਂ ਦੇ ਵਿੱਚ ਉਸ ਨੂੰ ਜਿੱਤ ਹਾਸਲ ਹੋਈ ਦੂਜਾ ਪ੍ਰਸ਼ਨ 400 ਮੀਟਰ ਦੀ ਦੌੜ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਲਈ ਉਸ ਨੂੰ ਕਿੰਨਾ ਕੁ ਅਭਿਆਸ ਕਰਨਾ ਪਿਆ ਇਹ ਪ੍ਰਸ਼ਨ ਬਾਰੇ ਆਪਾਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਉਸ ਨੂੰ 30000 ਮੀਲ ਤਾਂ ਪਿਆਰੇ ਵਿਦਿਆਰਥੀਓ 2 ਨੰਬਰ ਦਾ ਪ੍ਰਸ਼ਨ ਹੈ 30 35 ਸ਼ਬਦਾਂ ਦੇ ਵਿੱਚ ਲਿਖਣਾ ਹੈ ਤਾਂ ਮਿਲਖਾ ਸਿੰਘ ਨੂੰ 400 ਮੀਟਰ ਦੀ ਦੌੜ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਦੇ ਲਈ 30000 ਮੀਲ ਦਾ ਅਭਿਆਸ ਕਰਨਾ ਪਿਆ ਉਹਨੇ ਜ ਰੈਸਾਂ ਦੇ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਦੇ ਲਈ ਬਹੁਤ ਅਭਿਆਸ ਕੀਤਾ ਉਹਨੇ ਦਿਨ ਰਾਤ ਇੱਕ ਕਰ ਦਿੱਤੀ ਬਹੁਤ ਮਿਹਨਤ ਕੀਤੀ ਤਾਂ ਇਸ ਤਰ੍ਹਾਂ ਪ੍ਰਸ਼ਨ ਬਣਾ ਕੇ ਤੁਸੀਂ 3-4 ਲਾਈਨਾਂ ਤੱਕ ਲੈ ਕੇ ਜਾਣਾ ਇਸ ਨੂੰ ਉਸ ਤੋਂ ਬਾਅਦ ਹੈ ਜੀ ਮੈਲਵਰਨ ਦੀ ਕਿਹੜੀ ਚੀਜ਼ ਨੇ ਮਿਲਖਾ ਸਿੰਘ ਨੂੰ ਪ੍ਰਭਾਵਿਤ ਕੀਤਾ ਤਾਂ ਮੈਲਵਰਨ ਦਿਆਂ ਜੋ 1956 ਦੇ ਵਿੱਚ ਹੋਈਆਂ ਸੀ 올림픽 ਖੇਡਾਂ ਉੱਥੋਂ ਦਾ ਜੋ ਵਿਸ਼ਾਲ ਸਟੇਡੀਅਮ ਸੀ ਤੇ ਉੱਥੋਂ ਦੇ ਜੋ ਜੇਤੂ ਸੀ ਉਹਨਾਂ ਦਾ ਸ਼ਾਹੀ ਸਨਮਾਨ ਸੀ ਤਾਂ ਮਿਲਖਾ ਸਿੰਘ ਨੂੰ ਉਹਨੇ ਬਹੁਤ ਪ੍ਰਭਾਵਿਤ ਕੀਤਾ ਸੀ ਚੌਥਾ ਪ੍ਰਸ਼ਨ ਹੈ 1958 ਵਿੱਚ ਟੋਕੀਓ ਏਸ਼ੀਆਈ ਖੇਡਾਂ ਵਿੱਚ ਮਿਲਖਾ ਸਿੰਘ ਮੂਰੇ ਕਿਹੜਾ ਖਿਡਾਰੀ ਸਭ ਤੋਂ ਵੱਡੀ ਚੁਣੌਤੀ ਸੀ ਤਾਂ ਇਹਨਾਂ ਖੇਡਾਂ ਦੇ ਵਿੱਚ ਮਿਲਖਾ ਸਿੰਘ ਦੇ ਸਾਹਮਣੇ ਪਾਕਿਸਤਾਨ ਦਾ ਜੋ ਅਬਦੁਲ ਖਾਲਿਦ ਸੀ ਉਹ ਖਿਡਾਰੀ ਸਭ ਤੋਂ ਵੱਡੀ ਚੁਣੌਤੀ ਸੀ ਪੰਜਵਾਂ ਪ੍ਰਸ਼ਨ ਹੈ ਜੀ ਕਿਹੜੀ ਦੌੜ ਜਿੱਤਣ ਪਿੱਛੋਂ ਦੁਨੀਆ ਵਿੱਚ ਮਿਲਖਾ ਸਿੰਘ ਮਿਲਖਾ ਸਿੰਘ ਹੋ ਗਈ ਉਹ ਕਿਹੜੀ ਦੌੜ ਸੀ ਜਦੋਂ ਜਿੱਤਣ ਤੋਂ ਬਾਅਦ ਦੁਨੀਆ ਦੇ ਵਿੱਚ ਮਿਲਖਾ ਸਿੰਘ ਮਿਲਖਾ ਸਿੰਘ ਹੋ ਗਈ ਤਾਂ ਉਸੇ ਤੀਜੀਆਂ ਏਸ਼ੀਆਈ ਖੇਡਾਂ ਦੇ ਵਿੱਚ ਜੋ ਦੌੜ ਉਸਨੇ ਜਿੱਤੀ ਸੀ ਉਸ ਦੌੜ ਨੂੰ ਜਿੱਤਣ ਤੋਂ ਬਾਅਦ ਦੁਨੀਆ ਦੇ ਵਿੱਚ ਜੋ ਮਿਲਖਾ ਸਿੰਘ ਮਿਲਖਾ ਸਿੰਘ ਹੋ ਗਈ ਤਾਂ ਪਿਆਰੇ ਵਿਦਿਆਰਥੀ ਤੁਸੀਂ ਪਾਠ ਪੜ੍ਹ ਲਿਆ ਹੋਊਗਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੀਜੀਆਂ ਏਸ਼ੀਆਈ ਖੇਡਾਂ ਕਿਹੜੇ ਸਾਲ ਦੇ ਵਿੱਚ ਅਤੇ ਕਿੱਥੇ ਹੋਈਆਂ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਅੱਗੇ ਹੈ ਜੀ 6ਵਾਂ ਪ੍ਰਸ਼ਨ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਦਾ ਖਿਤਾਬ ਸਭ ਤੋਂ ਪਹਿਲਾਂ ਕਿੱਥੇ ਮਿਲਿਆ ਇਹ ਕਿਤਾਬ ਸੀ ਜੋ ਮਿਲਖਾ ਸਿੰਘ ਨੂੰ ਸਭ ਤੋਂ ਪਹਿਲਾਂ ਇੰਡੋਪਾਰਕ ਮੀਟ ਜੋ ਕਿ ਲਾਹੌਰ ਦੇ ਵਿੱਚ ਹੋਈ ਸੀ ਉੱਥੇ ਮਿਲਿਆ ਸੀ ਕਿਉਂਕਿ ਮਿਲਖਾ ਸਿੰਘ ਨੇ ਉਹ ਰੇਸ ਹੈ ਜਿਹੜੀ ਗਜਾਂ ਦੇ ਫਾਸਲੇ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਉਹਦੇ ਵਿੱਚ ਤੇ ਉੱਥੋਂ ਦੇ ਅਨਾਉਂਸਰ ਨੇ ਕਿਹਾ ਸੀ ਕਿ ਮਿਲਖਾ ਸਿੰਘ ਨੇ ਇਹ ਦੌੜ ਦੌੜ ਕੇ ਨਹੀਂ ਸਗੋ ਉੱਡ ਕੇ ਪੂਰੀ ਕੀਤੀ ਇਸ ਕਰਕੇ ਉਹਨੂੰ ਉੱਡਣਾ ਸਿੱਖਦਾ ਕਿਤਾਬ ਮਿਲਿਆ ਸੀ ਸੱਤਵਾਂ ਪ੍ਰਸ਼ਨ ਹੈ ਜੀ ਮਿਲਖਾ ਸਿੰਘ ਕਿਹੜੀ ਦੌੜ ਕਾਰਨ ਉਦਾਸ ਹੋ ਗਿਆ ਤਾਂ ਜੋ ਰੋਮ ਦੀ ਦੌੜ ਸੀ ਉਸ ਤੋਂ ਬਾਅਦ ਮਿਲਖਾ ਸਿੰਘ ਉਦਾਸ ਹੋ ਗਿਆ ਤੇ ਅਖੀਰਲਾ ਪ੍ਰਸ਼ਨ ਮਿਲਖਾ ਸਿੰਘ ਨੇ ਦੌੜ ਨੂੰ ਕਦੋਂ الविदा ਆਖੀ ਤਾਂ ਮਿਲਖਾ ਸਿੰਘ ਨੇ ਟੋਕੀਓ ਦੀ 올림픽 ਦੌੜ ਦੌੜਨ ਤੋਂ ਬਾਅਦ ਉਸਨੇ ਦੌੜ ਨੂੰ الविदा ਆਖੀ ਸੀ ਐਸੀ ਪਿਆਰੇ ਵਿਦਿਆਰਥੀ ਮਿਲਖਾ ਸਿੰਘ ਦੀ ਜੀਵਨੀ ਤੇ ਉਮੀਦ ਕਰਦਾ ਕਿ ਤੁਹਾਨੂੰ ਜੀਵਨੀ ਆ ਜੋ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ ਤਾਂ ਇਹ ਵੀਡੀਓ ਜਕਰ ਤੁਸੀਂ ਧਿਆਨ ਦੇ ਨਾਲ ਦੇਖ ਲਈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਮਰਜੀ ਪ੍ਰਸ਼ਨ ਇਸ ਜੀਵਨੀ ਦੇ ਵਿੱਚੋਂ ਅੱਜ ਤਾਂ ਤੁਸੀਂ ਉਹਦਾ ਜਰੂਰ ਉੱਤਰ ਦਿਓਗੇ ਤਿਆਰੀ ਦੇ ਲਈ 10ਵੀਂ ਜਮਾਤ ਦੀ ਲਗਾਤਾਰ ਇਸ YouTube ਚੈਨਲ ਦੇ ਨਾਲ ਜੁੜੇ ਰਹੋ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤੇ ਜੇਕਰ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ